ਪੁਸ਼ਟੀ ਜਿਹੜੀ ਪੁਆਇੰਟ ਆ ਰਹੀ ਹੈ ਹਲੋ ਜੀ ਪੁਸ਼ਟੀ ਮੈਦਾਨ ਦੇ ਵਿੱਚ ਸ਼ੁਰੂ ਹੋ ਗਈ ਇੱਕ ਪਾਸੇ ਕਮਲਜੀਤ ਕਮਲਾ ਦੂਜੇ ਪਾਸੇ ਸੁੱਖ ਅਵਾਕੇ ਸੁੱਖ ਨੂੰ ਵੀ ਦੁਨੀਆ ਜਾਣਦੀ ਹੈ ਅਵਾਕੇ ਹਿੰਦੁਸਤਾਨ ਦੇ ਟੋਟਲ ਰੁਤਬਾ ਦੇ ਨਾਲ ਜੇ ਗੱਲ ਕਰੀਏ ਕੋਈ ਨਾਮ ਨਹੀਂ ਹੋਣਾ ਜਿਹਦੇ ਨਾਲ ਇਹ ਨੌਜਵਾਨ ਨਾਮ ਪਿਆ ਹੋਵੇ ਉਹ ਹੈ ਸੁੱਖ ਦੇ ਬਖਾਲੀ ਪੁਸ਼ਟੀ ਮੈਦਾਨ ਦੇ ਵਿੱਚ ਜਿਹੜੀ ਸ਼ੁਰੂ ਹੋਈ ਹੈ ਵਾਕਈ ਸਿਰੇ ਦੀ ਪੁਸ਼ਟੀ ਅੱਜ ਲੋਕੀ ਚੇਤੇ ਕਰਦੇ ਆ ਭਗਤ ਸਿੰਘ ਨੂੰ ਚੇਤੇ ਕਰਦੇ ਆ ਕੰਮ ਕਰਕੇ ਦੱਸਿਆ ਤੈਅ ਕਰਦੇ ਆ ਕਿ ਭਗਤ ਸਿੰਘ ਨਾਲ ਚੜਦਾ ਫਾਂਸੀ ਨਾ ਦੁਨੀਆ ਚੇਤੇ ਕਰਦੀ ਰਾਣੀ ਝਾਂਸੀ ਕੌਣ ਕਹਿੰਦਾ ਜੇ ਵਿੱਚ ਮੈਦਾਨ ਨਾ ਲੜਦੀ ਕੱਚੇ ਘੜੇ ਦੀ ਗੱਲ ਨਾ ਹੁੰਦੀ ਜੇ ਸੋਹਣੀ ਵਿੱਚ ਚਨਾ ਨਾ ਕਰਦੀ ਰਾਂਝੇ ਦਾ ਇਤਿਹਾਸ ਨਾ ਹੁੰਦਾ ਜੇ ਹੀਰ ਇਸ਼ਕ ਨਾ ਕਰਦੀ ਗੁਰਦਾਸ ਮਾਨ ਨੇ ਗੋੜਾ ਨਹੀਂ ਸੀ ਜੇ ਕਲਮ ਰੰਗ ਨਾ ਹਰਦੀ ਸਾਮੇ ਮਲ ਨੇ ਮਰਨਾ ਨਹੀਂ ਸੀ ਜੇ ਮੌਤ ਹੁੰਦੀ ਉਹਦੇ ਘਰ ਦੀ ਤੇ ਛਾਤੀ ਦੇ ਵਿੱਚ ਪੜਨਾ ਹੋਵੇ ਇਹ ਦੁਨੀਆ ਕਦੇ ਨਾ ਚੇਤੇ ਕਰਦੀ ਦਰਸ਼ਕ ਵੀਰੋ 23 ਸਾਲ ਦੀ ਉਮਰ ਸੀ ਜਦੋਂ ਫਾਂਸੀ ਨੂੰ ਗੱਲ ਦੇ ਨਾਲ ਲਾਇਆ ਜਿਹੜਾ ਜਿਹੜਾ ਜਾਣਦਾ ਇੱਕ ਵਾਰ ਤਾੜੀ ਮਾਰ ਕੇ ਦੱਸੋ ਫਿਰ ਦੁਨੀਆ ਉਹਨਾਂ ਦੇ ਫਰਨਾਮੇ ਪੁੱਛਦੀ ਆ ਜਿਹਨਾਂ ਨੇ ਕੁਛ ਕੰਮ ਕਰਕੇ ਦੱਸਣਾ ਹੋਏਗੀ ਤੇ ਬਾਤ ਹੋਏਗੀ ਤੇ ਮੁੱਖ ਦਾ ਕੋਣ ਤੇ ਮਰਦਾ ਕੋਣ ਹੈ
ਖੋਣ ਵੇਲੀ ਤੋਂ ਇਹਨਾਂ ਬੋਲਾਂ ਦੇ ਲਈ ਬੱਚੇ ਮਾਰ ਕੁੱਟਦੇ ਹੋਏ ਆ ਕਾਲਾ ਸਾਡਾ ਵੀਰ ਖੋਣ ਵੇਲੀ ਤੋਂ ਇਹਨਾਂ ਬੋਲਾਂ ਦੇ ਲਈ ਬੱਚੇ ਇਮਾਨ ਦੇ ਕੁੱਟਦੇ ਹੋਏ ਆ ਤੈਜ ਨੂੰ ਧੰਨਵਾਦ ਕਰਦੇ ਆ ਅਗਰ ਕੋਈ ਉਧਰ ਛਿੜੀ ਹੋਈ ਬਾਤ ਅਗਰ ਕੋਈ ਉਧਰ ਛਿੜੀ ਹੋਈ ਬਾਤ ਮੈਦਾਨ ਦੇ ਵਿੱਚ ਅਗਰ ਕੇ ਕਾਸਾਨੇ ਦੀ ਤੇ ਜਿੱਤ ਦਾ ਕੋਣ ਹੈ ਤੇ ਹਰਦਾ ਕੋਣ ਹੈ ਦਾ ਸਾਹਮਣੇ ਦੀ ਹੋਏਗੀ ਤੇ ਜਦੋਂ ਰੁੱਖ ਕੁਸ਼ਤੀ ਵੀ ਆਵੇ ਮੁੰਡਾ ਡੰਡ ਦਾ ਚੜ ਲਾਵੇ ਬਾਪੂ ਗੂੜੀ ਮੱਝ ਲੈ ਆਵੇ ਜਿਹਦਾ ਡੈਰੀ ਦੁੱਧ ਨਾ ਜਾਵੇ ਫਿਰ ਚਾਰ ਵਕਰੇ ਦਾ ਪਾਣੀ ਪੈਂਦਾ ਏ ਜੇ ਬੁੱਤ ਨੂੰ ਮੱਲ ਬਣਾਉਣਾ ਤਾਂ ਘਰ ਖਲੋਣਾ ਹੀ ਪੈਂਦਾ ਏ ਜੇ ਬੁੱਤ ਨੂੰ ਚਾਰ ਬਣਾਉਣਾ ਤਾਂ ਘਰ ਖਲੋਣਾ ਹੀ ਪੈਂਦਾ ਏ ਕੋਈ ਡੰਗਰਾਂ ਨੂੰ ਲੈਂਟਰ ਪਵਾਈ ਫਿਰਦਾ ਕੋਈ ਸੱਟ ਵੀ ਲਵੇ ਵਿਆਜ ਉੱਤੇ
ਕੋਈ ਕਾਰਾਂ 'ਚ ਕੁੱਤੇ ਬਿਠਾਈ ਫਿਰਦਾ, ਕੋਈ ਮੱਛਰਾਂ ਨੂੰ ਮਾਰਦਾ ਸੋ ਜਾਂਦਾ, ਕੋਈ ਚੂੰਟਿਆਂ ਨੂੰ ਜਮੇਦਾ, ਕੋਈ ਕੂੜੇ ਦੇ ਢੇਰ 'ਚੋਂ ਲੱਭੇ ਰੋਟੀ, ਕੋਈ ਬੱਚਿਆਂ ਨੂੰ ਪੀਜੇ ਵਰਗਰ ਖਵਾਈ ਫਿਰਦਾ, ਕਿਸੇ ਨੂੰ ਪਤਾ ਨੀ ਦੌਲਤਾਂ ਕਿੰਨੀਆਂ ਨੇ, ਕੋਈ ਦਿਹਾੜੀ ਕਰਕੇ ਮਸਾਂ ਡੰਗ ਟਪਾਈ ਫਿਰਦਾ, ਕਿ ਰਾਣਾ ਮਾਧੋ ਚੰਡੀਆ ਲੱਭੇ ਉਸ ਪਰਮਾਤਮਾ ਨੂੰ ਜਿਹੜਾ ਸਾਰੀ ਖੇਡ ਰਚਾਈ ਫਿਰਦਾ, ਜਿਹੜਾ ਸਾਰੀ ਖੇਡ ਰਚਾਈ ਫਿਰਦਾ। ਇੱਕ ਵਾਰ ਉਸ ਪਰਮਾਤਮਾ ਦੇ ਨਾਂ ਦੀ ਜਿਹਨੂੰ ਦੋ ਹੱਥ ਦਿੱਤੇ ਕੋਈ ਹੱਥ ਨਾ ਮਿਲਣ ਦੋ ਵਾਰ ਤਾੜੀਆਂ ਮਾਰੋ।
ਫੈਸਲੇ ਵਾਲੀ ਗੱਲ ਹੋਣੀ ਹੈ ਖੋਲ ਗੁਲੀ ਦੀ ਧਰਤੀ ਕਹਿੰਦੇ ਅੱਜ ਜਿੱਥੇ ਫੈਸਲੇ ਹੋਣੇ ਆ ਪਰ ਉੱਧਰ ਕਹਿੰਦੇ ਵਾਕੇ ਕਮਲੇ ਨੇ ਪਾਈ ਹੋਈ ਪੂਰੀ ਤਰ੍ਹਾਂ ਕਹਿੰਦੇ ਵਾਕੇ ਦੇਖੀਏ ਵੀ ਜੱਫਾ ਦੇਖਦੇ ਵੀ ਕੀ ਬਾਤ ਬਣਦੀ ਅੰਦਰ ਸੁੱਖ ਤੇ ਨਾਲ ਕਮਲਾ ਵਾਕੇ ਖੁਸ਼ੀ ਦੀ ਦੁਨੀਆ ਦਾ ਅੰਦਰ ਮੈਂ ਇੱਕ ਮਿੰਟ
ਕੁਸ਼ਤੀ ਦਾ ਸਮਾਂ 1 ਮਿੰਟ ਬਾਕੀ ਹੈ ਵਾਹ ਵਾਹ ਜੇਤਾ ਬਾਲ ਕਿਸ਼ਨ ਜੀ ਪੂਰੀ ਖੁਸ਼ ਹੈ ਦੁੱਖ ਟੁੱਟ ਗਏ ਅੱਜ ਖੋਲ ਬੇਲੀ ਦੀ ਧਰਤੀ ਦੇ ਵਿੱਚ ਸੋਹਰੇ ਦੀ ਕੁਸ਼ਤੀ ਹੋਈ ਆ ਤਾਂ ਵੀ ਰਾਜਰ ਕਮਲਾ ਅਵਾ ਕੇ ਲਾਈ ਹੋਈ ਜਾਨ ਮੈਦਾਨ ਦੇ ਵਿੱਚ ਅਵਾ ਕੇ ਲੱਗੀ ਹੋਈ ਜਾਨ ਦੇਖਦੇ ਆ ਵੀ ਕੌਣ ਜਿੱਤਦਾ ਹੈ ਕੌਣ ਹਰਦਾ ਹੈ ਜਾਨ ਤਾਂ ਪੂਰੀ ਲੱਗੀ ਹਾਂਜੀ ਲੋ ਜੀ ਕੁਸ਼ਤੀ ਹੁਣ ਪੁਆਇੰਟ ਤੇ ਜਿਹੜਾ ਪਹਿਲਾ ਪੁਆਇੰਟ ਲੈ ਗਿਆ ਉਹ ਕੁਸ਼ਤੀ ਜੇਤੂ ਹੈ ਇੱਕ ਵਾਰ ਤਾੜੀਆਂ ਮਾਰੋ ਦਰਸ਼ਨ ਵੀਰੋ ਵਾਹ ਬਈ ਵਾਹ ਜਿਹੜਾ ਪਹਿਲਾ ਪੁਆਇੰਟ ਲੈ ਗਿਆ ਉਹ ਕੁਸ਼ਤੀ ਲੈ ਗਿਆ ਵਾਹ ਵੀ ਵਾਹ ਹੁਣ ਕਹਿੰਦੇ ਪੁਆਇੰਟ ਤੇ ਕੁਸ਼ਤੀ ਸ਼ੁਰੂ ਹੋਈ ਹੈ ਹੁਣ ਕੁਸ਼ਤੀ ਪੁਆਇੰਟ ਤੇ ਸ਼ੁਰੂ ਹੋਈ ਹੈ ਕਿ ਬਾਜ ਉੱਚੀਆਂ ਉਡਾਰੀਆਂ ਲੋੜ ਦੇ ਲਈ ਕਦੇ ਕਬੂਤਰਾਂ ਨਾਲ ਵੀ ਸਰਾਹ ਕਰਦੇ ਤੇ ਸ਼ੇਰ ਜਦੋਂ ਸ਼ਿਕਾਰ ਤੇ ਨਿਕਲਦੇ ਨੇ ਕਦੇ ਗਿੱਦੜਾਂ ਦੀ ਨਹੀਂ ਪਰਵਾਹ ਕਰਦੇ ਕਦੇ ਗਿੱਦੜਾਂ ਦੀ ਨਹੀਂ ਪਰਵਾਹ ਕਰਦੇ ਅਵੇ ਚੱਲਦੀ ਹੋਈ ਕੁਸ਼ਤੀ ਤੇ ਕਹਿੰਦੇ ਹੁਣ ਪੁਆਇੰਟ ਤੇ ਆਈ ਹੋਈ ਹੈ ਗੱਲ ਹੁਣ ਪੁਆਇੰਟ ਤੇ ਆਈ ਹੋਈ ਹੈ ਜਿਹੜਾ ਨੌਜਵਾਨ ਪਹਿਲਾ ਪੁਆਇੰਟ ਲੈਂਦਾ ਕੁਸ਼ਤੀ ਦੇ ਵਿੱਚ ਜੇਤੂ ਹੈ ਜਿਹੜਾ ਨੌਜਵਾਨ ਪਹਿਲਾ ਪੁਆਇੰਟ ਕੁਸ਼ਤੀ ਜੇਤੂ ਹੁਣ ਦੇਖਦੇ ਆ ਵੀ ਕਿਹੜਾ ਨੌਜਵਾਨ ਜਿਹੜਾ ਪੁਆਇੰਟ ਲੈਂਦਾ ਹੈ ਕਮੇਟੀ ਵਾਲੇ ਮੈਂਬਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜਾ ਅੱਜ ਦੇ ਜੰਗਲ ਦਾ ਹਿਸਾਬ ਕਿਤਾਬ ਹੈ ਉਹ ਇੱਥੇ ਹੀ ਹੋਣਾ ਹੈ ਦਰਬਾਰ ਤੇ ਤਾਂ ਪਲੀਜ਼ ਸਾਰਿਆਂ ਜਿਹੜੇ ਨੇ ਆਉਣਾ ਹੈ ਬੇਨਤੀ ਹੈ ਵੀ ਹਿਸਾਬ ਕਿਤਾਬ ਜਿਹੜਾ ਅਮਰਿੰਦਰ ਭਾਈ ਕਰ ਰਿਹਾ ਹੈ ਵਾਹ ਵੀ ਵਾਹ ਉੱਧਰ ਕਹਿੰਦੇ ਪੁਆਇੰਟ ਤੇ ਆਈ ਹੋਈ ਹੈ ਗੱਲ ਗੱਲ ਕਹਿੰਦੇ ਪੁਆਇੰਟ ਤੇ ਕਮਲਾ ਪਰ ਕਹਿੰਦੇ ਹਾਲੇ ਪੁਆਇੰਟ ਨਹੀਂ ਹੋਇਆ ਪੁਆਇੰਟ ਹਾਲੇ ਨਹੀਂ ਹੋਇਆ ਦੇਖਦੇ ਵੀ ਕਿਹੜਾ ਨੌਜਵਾਨ ਪਹਿਲਾ ਪੁਆਇੰਟ ਲੈਂਦਾ ਦੇਖਦੇ ਵੀ ਕਿਹੜਾ ਨੌਜਵਾਨ ਜਿਹੜਾ ਪਹਿਲਾ ਪੁਆਇੰਟ ਲੈਂਦਾ ਹੈ ਕਰੋ ਨੌਜਵਾਨੋ ਹੁਣ ਕਹਿੰਦੇ ਜਨਤਾ ਤੁਹਾਨੂੰ ਦੇਖਦੀ ਪਈ ਹੈ ਕਰੋ ਫੈਸਲੇ ਕਰੋ ਹੁਣ ਫੈਸਲੇ ਦੁਨੀਆ ਅੱਖਾਂ ਕਿੱਤੀ ਬੈਠੀ ਹੈ ਫੈਸਲੇ ਕਰੋ ਵਾਹ ਵੀ ਵਾਹ ਦੇਖਦੇ ਵੀ ਕਿਹੜਾ ਨੌਜਵਾਨ ਪਹਿਲਾ ਪੁਆਇੰਟ ਲੈਂਦਾ ਹੈ ਕਿਹੜਾ ਨੌਜਵਾਨ ਜਿਹੜਾ ਪਹਿਲਾ ਪੁਆਇੰਟ ਲੈਂਦਾ ਹੈ ਵਾਹ ਵੀ ਵਾਹ ਚੱਲਦੀ ਹੁਣ ਕੁਸ਼ਤੀ ਪੁਆਇੰਟ ਤੇ ਹਮਾ ਕਿਹੜਾ ਠੀਕ ਦਾ ਹੋਇਆ ਅਵਕੇ ਜਿਹੜਾ ਪਹਿਲਾ ਪੁਆਇੰਟ ਲੈਣਾ ਨੌਜਵਾਨ ਵਾਹ ਬਈ ਵਾਹ ਲਓ ਜੀ ਕਮਲਾ ਜੱਟ